ਦੇਖੋ ਜਿਹੜੀਆਂ ਪਬਲਿਕ ਦੀਆਂ ਡਿਮਾਂਡਸ ਆ ਬਿਲਕੁਲ ਜਾਇਜ਼ ਨੇ। ਮੈਂ ਸਮਝਦਾ ਕਿ ਉਹਨਾਂ ਦਾ ਭੁੱਖ ਹੜਤਾਲ 'ਤੇ ਬਹਿਣਾ ਬਿਲਕੁਲ ਜਾਇਜ਼ ਹੈ ਔਰ 5 ਦਿਨਾਂ ਦੇ ਉਹ ਭੁੱਖ ਹੜਤਾਲ 'ਤੇ ਬੈਠੇ ਨੇ, ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਨੇ ਹੋਸਪਿਟਲਸ ਦੇ, ਮੇਰਾ ਖਿਆਲ CMO SM ਜਿਹੜੇ ਹੈਗੇ ਮੈਡਮ ਜਾਂ ਇੱਥੇ ਸਾਡੇ ਡਾਕਟਰਸ ਨੇ ਉਹਨਾਂ ਦੇ ਵੀ ਹੱਥ ਖੜ੍ਹੇ ਨੇ। ਉਹਦਾ ਕਾਰਨ ਕੀ ਹੈ ਕਿ ਜਿਹੜੀਆਂ ਹਾਇਰ ਅਥੋਰਿਟੀਜ਼ ਨੇ, ਮੈਨੂੰ ਯਾਦ ਹੈ ਡਾਕਟਰ ਬਲਵੀਰ ਜੀ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ 'ਚ ਫਲੋਰ ਆਫ ਦੀ ਹਾਊਸ ਕਿ ਮੈਨੂੰ 1 ਸਾਲ ਦਾ ਸਮਾਂ ਦਿਓ, ਮੈਂ ਹਰ ਹੋਸਪਿਟਲ ਦੇ ਵਿੱਚ ਡਾਕਟਰਸ ਪੂਰੇ ਕਰ ਦਿਆਂਗਾ। ਡਾਕਟਰਸ ਤਾਂ ਕੀ ਪੂਰੇ ਹੋਣੇ, ਇੱਥੇ ਨਰਸਿਸ ਪੂਰੇ ਨਹੀਂ ਹੈ, ਇੱਥੇ ਬੈਡਸ ਪੂਰੇ ਨਹੀਂ ਹੈ, ਇੱਥੇ ਬੈਡਸ਼ੀਟਸ ਪੂਰੀਆਂ ਨਹੀਂ ਹੈ, ਇੱਥੇ ਪਾਣੀ ਵਾਲਾ ਪੀਣ ਵਾਲਾ ਚੰਗਾ ਇੰਤਜ਼ਾਮਾਤ ਨਹੀਂ ਹੈ। ਤੁਸੀਂ ਜਗ੍ਹਾ ਜਗ੍ਹਾ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਹੋ, ਇੱਕ ਮੁਹੱਲਾ ਕਲੀਨਿਕ 'ਤੇ ਪੈਸੇ 18 ਲੱਖ 22 ਲੱਖ 25 ਲੱਖ ਲਾ ਰਹੇ ਹੋ। ਇਸ ਤੋਂ ਬੈਟਰ ਹੈਗਾ ਕਿ ਤੁਸੀਂ ਸਿਵਲ ਹੋਸਪਿਟਲ 'ਤੇ ਪੈਸੇ ਲਾਓ, ਲੋਕ 5-4 ਕਿਲੋਮੀਟਰ ਚੱਲ ਕੇ ਆ ਸਕਦੇ ਹੈ। ਸੋ ਇੱਥੇ ਮੇਰਾ ਖਿਆਲ ਇਹਨਾਂ ਕੋਲ ਪੈਸੇ ਨਹੀਂ ਹੋਣੇ ਬਿਲਕੁਲ ਵੀ, ਰੈਨੋਵੇਸ਼ਨ ਵਾਸਤੇ ਪੈਸੇ ਨਹੀਂ ਹੋਣੇ, ਸਾਫ਼ ਸਫਾਈ ਵਾਸਤੇ ਪੈਸੇ ਨਹੀਂ ਹੋਣੇ। 6500 ਰੁਪਏ 'ਤੇ ਮੁਲਾਜ਼ਮ ਕੰਮ ਕਰ ਰਹੇ ਆ, ਤੁਸੀਂ ਮੈਨੂੰ ਦੱਸੋ ਆਹ ਬੰਦਾ 4500 ਅਤੇ 6500 'ਤੇ ਤਨਖਾਹ 'ਤੇ ਇਹ ਕੰਮ ਕਰ ਰਹੇ ਕਿੱਦਾਂ ਕਰੇਗੇ? DC ਰੇਟ ਤੋਂ ਵੀ ਘੱਟ ਹੈ, ਐਟਲੀਸਟ 10,000 ਹੋਣਾ ਚਾਹੀਦਾ। ਸੋ ਰੋਜ਼ਾਨਾ ਕਹਿਤਾ ਕਿ ਵੀ ਪੱਕੇ ਕਰਤੇ ਬੰਦੇ, ਅਸੀਂ ਨੌਕਰੀਆਂ ਦੇ ਰਹੇ ਹਾਂ, ਇਹ ਜਿਹੜੇ ਲੋਕ ਲੱਗੇ ਇਹਨਾਂ ਨੂੰ ਹੀ ਜ਼ਰਾ ਪੱਕੇ ਕਰ ਦਿਓ, ਨਹੀਂ ਪੱਕੇ ਕਰ ਸਕਦੇ ਤਾਂ ਕਮ ਸੇ ਕਮ ਇਹਨਾਂ ਦਾ ਘਰ ਦਾ ਗੁਜ਼ਾਰਾ ਹੋਣ ਲੱਗ ਪਏ। ਅਸੀਂ ਇਹ ਸਾਰੀਆਂ ਗੱਲਾਂ ਸਮਝਦੇ ਹਾਂ ਕਿ ਇਹ ਪੈਸੇ ਤੋਂ ਬਿਨਾਂ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੋਣਾ, ਲੇਕਿਨ ਰੈਵਿਊ ਨੂੰ ਲੈ ਕੇ ਆਉਣਾ ਇਹ ਸਰਕਾਰ ਦੀ ਜ਼ਿੰਮੇਦਾਰੀ ਹੈ। ਇਸੇ ਕਰਕੇ ਤਾਂ ਅਸੀਂ ਰੌਲਾ ਪਾਉਣੇ ਹੈ ਕਿ 66,000 ਕਰੋੜ ਰੁਪਇਆ ਪੰਜਾਬ 'ਤੇ ਕਰਜ਼ਾ ਹੋ ਗਿਆ, ਇੱਕ ਵੀ ਮੈਡੀਕਲ ਕਾਲਜ ਨਹੀਂ ਹਜੇ ਤੱਕ ਬਣ ਸਕਿਆ। ਗੱਲਾਂ ਬਾਤਾਂ ਨਾਲ ਬਹੁਤ ਕੁਛ ਹੋ ਗਿਆ, 2.5 ਸਾਲ ਹੋ ਗਏ। ਸੋ ਅੱਜ ਲੁਧਿਆਣਾ ਦੇ ਮਹਾਨਗਰ 'ਚ ਅਗਰ ਮੈਡੀਕਲ ਕਾਲਜ ਨਹੀਂ ਹੈ, ਇਹ ਸਰਕਾਰਾਂ ਵਾਸਤੇ ਔਰ ਸਾਡੇ ਲੋਕਾਂ ਵਾਸਤੇ ਸ਼ਰਮ ਦੀ ਗੱਲ ਹੈ। ਸੋ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਪ੍ਰਾਈਵੇਟ ਲੋਕਾਂ ਦਾ ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬੋਲਬਾਲਾ ਹੋਏਗਾ। ਸੋ ਆਮ ਲੋਕਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਆਮ ਲੋਕਾਂ ਦੀ ਸਰਕਾਰ ਬਣੀ ਸੀ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਸੀ। ਇੱਥੋਂ ਦਾ ਲੋਕਲ MLA ਜਿਹਨੂੰ ਮੈਂ ਸਮਰਥਨ ਦਿੱਤਾ ਸੀ ਇਲੈਕਸ਼ਨ 'ਚ, ਜਿਹੜਾ ਕਹਿੰਦਾ ਮੈਨੂੰ ਸਮਰਥਨ ਦਿੱਤਾ ਹੈ, ਕਹਿੰਦਾ ਰਾਜਾ ਵੜਿੰਗ ਦੀ, ਉਹਨੂੰ ਪੁੱਛੋ 2.5 ਸਾਲਾਂ ਦਾ, ਭਾਈ ਸਾਹਿਬ ਤੂੰ ਕਦੇ ਹੋਸਪਿਟਲ 'ਚ ਗੇੜਾ ਮਾਰਿਆ? ਔਰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਨੁਮਾਇੰਦੇ ਬਣ ਕੇ ਗੱਲਾਂ ਬਾਤਾਂ ਕਰਦੇ ਹੈ ਲੇਕਿਨ ਕਦੇ ਆਵਾਜ਼ ਬੁਲੰਦ ਨਹੀਂ ਕਰਦੇ। ਮੈਂ SMO ਮੈਡਮ ਨੂੰ ਮਿਲਿਆ, ਮੈਂ ਇਹਨਾਂ ਨੂੰ ਕਿਹਾ, ਤਮਾਮ ਡਾਕਟਰਸ ਨੂੰ ਮਿਲਿਆ, ਕਿਸੇ ਪ੍ਰਕਾਰ ਦੀ ਜਿਹੜੀ ਦਿੱਕਤ ਹੈ ਬੀਂਗ ਏ ਮੈਂਬਰ ਆਫ ਪਾਰਲੀਮੈਂਟ, ਮੈਂ ਇਹਨਾਂ 'ਤੇ ਦੋਸ਼ ਨਹੀਂ ਲਾਉਂਦਾ। ਅਸੀਂ ਜਾਵਾਂਗੇ ਔਰ ਸਰਕਾਰ ਨਾਲ ਵੀ ਗੱਲ ਕਰਾਂਗੇ, ਪ੍ਰਿੰਸੀਪਲ ਸੈਕਟਰੀ ਨਾਲ ਵੀ ਗੱਲ ਕਰਾਂਗੇ, ਔਰ ਮੇਰੇ ਦਾਇਰੇ 'ਚ ਜੋ ਵੀ ਕੁਝ ਹੈਗਾ ਮੈਂ ਪੈਸੇ ਦੇ ਸਕਦਾ। ਮੈਂ ਕੋਈ ਹੋਰ ਚੀਜ਼ ਵਸਤੂ ਲੈ ਕੇ ਆਉਣੀ ਹੈ, ਮੈਂ ਹੋਸਪਿਟਲ ਨੂੰ ਫੰਡ ਦੇ ਸਕਦਾ, ਉਹ ਸਾਰੀਆਂ ਚੀਜ਼ਾਂ ਸਾਡੀ ਪ੍ਰਾਇਓਰਿਟੀ ਹੋਏਗੀ ਕਿ ਹੈਲਥ ਇਨਫਰਾਸਟ੍ਰਕਚਰ, ਜਿਹੜਾ ਹੈਲਥ ਸਿਸਟਮ ਹੈ, ਇਹਨੂੰ ਅਸੀਂ ਸੁਧਾਰੀਏ। ਸਭ ਬੜਾ ਕੁਛ ਕੰਪਲੀਟ ਪੜਿਆ, ਪਹਿਲੀ ਸਰਕਾਰ ਦੇਖੀ ਹੈ ਕਿ ਜਿਸ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਹੈ। ਮੇਰਾ ਖਿਆਲ ਕਿ ਸਾਰੀਆਂ ਗੱਲਾਂ ਛੱਡ ਕੇ ਜਿਹੜੀਆਂ ਅਸੀਂ ਸਰਕਾਰਾਂ ਗੱਲਾਂ ਕਰ ਰਹੀਆਂ ਔਰ ਖਾਸ ਕਰਕੇ ਆਮ ਆਦਮੀ ਪਾਰਟੀ, ਇੱਕ ਹੈਲਥ ਐਂਡ ਐਜੂਕੇਸ਼ਨ ਅਤੇ ਬੇਸਿਕ ਇਨਫਰਾਸਟ੍ਰਕਚਰ, ਲੋਕਾਂ ਨੂੰ ਸੜਕ, ਪਾਣੀ, ਸੀਵਰੇਜ, ਇਹ ਅਗਰ 3 ਚੀਜ਼ਾਂ ਸਰਕਾਰ ਕਰ ਲਏ ਤਾਂ ਮੇਰਾ ਖਿਆਲ ਲੋਕ ਰਾਹਤ ਮਹਿਸੂਸ ਕਰਨਗੇ, ਵੱਡੀਆਂ ਵੱਡੀਆਂ ਗੱਲਾਂ ਦੀ ਬਜਾਏ ਐਂਡ ਕਿੱਕਲੀਆਂ ਸੁਣਾਉਣੀਆਂ, ਐਡਵਰਟਾਈਜ਼ਮੈਂਟ ਐਂਡ ਆਲ ਦੈਟ। ਇਹੀ ਪੈਸਾ ਲਾ ਦਿੱਤਾ ਜਾਵੇ, 1,000 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਦਾ ਹੈਗਾ, ਅਗਰ ਇਹੀ ਪੈਸਾ 117 ਸਬ ਡਿਵੀਜ਼ਨ ਦੇ ਸਾਡੇ
ਸਾਡੇ ਹੋਸਪਿਟਲਸ ਹੈਗੇ ਨੇ, ਉਹਨਾਂ ਦੇ 5-5 ਕਰੋੜ ਰੁਪਇਆ ਲਾ ਦਿਓ ਯਾਰ, ਅਤੇ ਉਹਨਾਂ ਦੀ ਦਸ਼ਾ ਔਰ ਦਿਸ਼ਾ ਸੁਧਰ ਜਾਏਗੀ ਵਿਦ ਇਨ 5 CR। ਹੰਡਰਡ ਪਰਸੈਂਟ, ਬਿਕੋਜ਼ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਗੁਹਾਰ ਕਿੱਥੇ ਜਾ ਕੇ ਲਾਈਏ, ਕੌਨਫੀਡੈਂਸ ਨਹੀਂ ਹੈ ਲੋਕਾਂ ਦਾ ਸਰਕਾਰ 'ਤੇ। ਨਾ ਕੇਵਲ ਪੁਲਿਸ, ਹਰ ਡਿਪਾਰਟਮੈਂਟ ਦੇ ਵਿੱਚ ਪ੍ਰੀ ਮੈਚੁਰ ਰਿਟਾਇਰਮੈਂਟਸ ਲੈ ਰਹੇ ਨੇ। ਤੁਸੀਂ ਦੇਖਿਆ ਤਾਂ ਸੀ, ਇੱਥੇ ਆਇਆ ਸੀ ਇੱਕ ਮਿਨਿਸਟਰ, ਉਹਨੇ ਡਾਕਟਰ ਜੰਗ ਬਹਾਦਰ ਨੂੰ ਕਹਿਤਾ ਕਿ ਲੇਟ। ਉਹ ਆਪਦੇ ਆਪ 'ਚ ਇਸ ਗੱਲ ਦਾ ਮਾਣ ਮਹਿਸੂਸ ਕਰ ਰਿਹਾ ਸੀ ਕਿ ਮੈਂ ਡਾਕਟਰ ਜੰਗ ਬਹਾਦਰ ਨੂੰ ਮੰਜੇ 'ਤੇ ਲਟਾਤਾ। ਉਹ ਭਲਿਆ ਮਾਨਸਾ ਉਹ ਛੱਡ ਕੇ ਚਲਾ ਗਿਆ ਯੂਨੀਵਰਸਿਟੀ, ਉਹ ਹਜ਼ਾਰਾਂ ਲੋਕਾਂ ਦਾ ਇਲਾਜ ਕਰਦਾ ਸੀਗਾ। ਔਰ ਮੈਨੂੰ ਲੱਗਦਾ ਕਿ ਮਨ ਦੇ ਵਿੱਚ ਦਇਆ ਭਾਵਨਾ ਸੀ, ਉਹ ਹੁਣ ਆਪਦਾ ਕੰਮ ਕਰਨ ਲੱਗ ਪਏ। ਸੋ ਇਹੋ ਜਿਹੇ ਤਾਂ ਲੋਕ ਹੈ ਸਾਡੇ ਜਿਹੜੇ ਅੱਜ ਹੈਲਥ ਸਿਸਟਮ ਨੂੰ ਚਲਾ ਰਹੇ ਨੇ, ਸਰਕਾਰਾਂ ਚਲਾ ਰਹੇ ਨੇ। ਸੋ ਮੈਨੂੰ ਬੜੀ ਇਸ ਗੱਲ 'ਤੇ ਸ਼ਰਮ ਆਈ, ਔਰ ਅਸੀਂ ਕੋਸ਼ਿਸ਼ ਕਰਾਂਗੇ। ਮੈਨੂੰ ਸਟਾਫ ਦੇ ਲੋਕ ਚੰਗੇ ਲੱਗੇ, ਲੇਕਿਨ ਕੁਝ ਮਜਬੂਰੀਆਂ ਇਹਨਾਂ ਦੇ ਹੱਥ ਬੰਨੇ ਜਿਹੜੇ ਕੰਮ ਨਹੀਂ ਕਿੱਦਾਂ ਸਰਕਾਰ ਤੋਂ ਬਿਨਾਂ ਨਹੀਂ ਕਰ ਸਕਦੇ। ਮੈਂ ਮੈਡਮ ਐਸਮ ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਕੀਪ ਇਨ ਟੱਚ ਵਿਦ ਮੀ, ਮੇਰੇ ਨਾਲ ਗੱਲਬਾਤ ਕਰਦੇ ਰਹੋ। ਮੈਂ ਸਰਕਾਰ ਦੇ ਲੈਵਲ 'ਤੇ ਅਤੇ ਆਪਣੇ ਲੈਵਲ 'ਤੇ ਜੋ ਹੋਸਪਿਟਲ ਨੂੰ ਦੇ ਸਕਦਾ, ਇਹ ਮੇਰੀ ਪ੍ਰਾਇਓਰਿਟੀ ਹੋਊਗੀ ਆਉਣ ਵਾਲੇ ਸਮੇਂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।